हाँ जी सत श्रीकाल, मेरा नाम दीप है ते मैं अष्टमी में यूक्रेन दे विच हाँ। तो यूक्रेन दे बारे ही वीडियो बनाउंदी हाँ। तो मैं थोड़ा जिहा बाहर आई सी, बाहरली मैं मेरे हैडफोन लगे हुए हैं क्योंकि आवाज़ बहुत ज़्यादा आ रही सी। तो आप थोड़ा नाले नाले बाहरला व्यू दिखावे तो नाले नाले आप थोड़ा जी हैगी आप गलबात करांगे। तो जिहड़ा अज मेरा मेन टॉपिक है कि आप थोड़ा दस्सांगे कि इंडियन कल्चर की है तो बाहरला कल्चर की है। ठीक है, आप थोड़ा उस बारे एक्सप्लेन करते हैं। तो पहले मैं तुम्हें दसना चाहनी हाँ कि जोड़ा इंडियन कल्चर है जोड़ा यूक्रेन का कल्चर है बहुत ही वखरा कल्चर आ, कि बिल्कुल सेम कल्चर नहीं है। कि जिमें कुछ गल्ला इंडिया के बहुत अच्छी ने ते पर कुछ गल्ला जिमें यूक्रेन या किसी भी बाहर कंट्री कह सकते हैं कि सेम अच्छिया ने कुछ माड़िया ने। पर पहले तुम्हें मैं एक्सप्लेन करता देना चाहनी हाँ कि जिमें ठीक है जिमें हम बाहरलिया सारिया कंट्रिया ने अपना उनका जोड़ा कल्चर आपस सारा सेम ही मिलता होंगे है। थोड़ा मोटा फर्क ਹੁੰਦਾ ਹੈ, ਜ਼ਿਆਦਾ ਜਿਵੇਂ ਜ਼ਿਆਦਾ ਨਹੀਂ ਹੁੰਦਾ। ਕਿ ਜਿਵੇਂ ਆਪਾਂ ਇੰਡੀਆ ਵਿੱਚ ਦੇਖਦੇ ਹਾਂ ਠੀਕ ਹੈ, ਜਿਹੜਾ ਇੰਡੀਆ ਦਾ ਕਲਚਰ ਆ ਮੇਰੇ ਹਿਸਾਬ ਨਾਲ ਬਹੁਤ ਵਧੀਆ ਹੈ। ਜਿਵੇਂ ਕੁਝ ਕੁ ਜੇ ਆਪਾਂ ਕਹੀਏ ਜਿਵੇਂ ਚੰਗੀਆਂ ਗੱਲਾਂ ਦੇ ਵਿੱਚ ਕਿ ਜਿਵੇਂ ਹੁਣ ਬੱਚੇ ਪੈਦਾ ਹੋ ਜਾਂਦੇ ਨੇ, ਬੱਚੇ ਬਹੁਤ ਉਹਨਾਂ ਦੀ ਟੇਕ ਕੇਅਰ ਕਰਦੇ ਆ, ਠੀਕ ਆ, ਖਿਆਲ ਰੱਖਦੇ ਆ, ਕਿਤੇ ਸੱਟ ਨਾ ਲੱਗ ਜੇ, ਉਹਨਾਂ ਨੂੰ ਵਧੀਆ ਪੜ੍ਹਾਉਂਦੇ ਆ ਲਿਖਾਉਂਦੇ ਆ, ਫਿਰ ਉਹਨਾਂ ਦਾ ਵਿਆਹ ਵਗੈਰਾ ਕਰ ਦਿੰਦੇ ਆ। ਠੀਕ ਹੈ, ਜਦੋਂ ਵਿਆਹ ਕਰ ਦਿੰਦੇ ਨੇ ਜੋ ਪੇਰੈਂਟਸ ਜਿਵੇਂ ਓਲਡ ਹੋ ਜਾਂਦੇ ਨੇ ਅਤੇ ਜਿਹੜੇ ਬੱਚੇ ਹੁੰਦੇ ਆ ਉਹ ਆਪਣਾ ਪੂਰਾ ਫਰਜ਼ ਨਿਭਾਉਂਦੇ ਆ, ਹੁਣ ਆਪਣੇ ਪੇਰੈਂਟਸ ਦੀ ਪੂਰੀ ਜਿਵੇਂ ਟੇਕ ਕੇਅਰ ਕਰਦੇ ਨੇ। ਠੀਕ ਹੈ, ਜਿਵੇਂ ਮੰਨ ਲਾ ਕਿ ਐਂਡ 'ਤੇ ਜਿਵੇਂ ਉਹਨਾਂ ਦੀ ਡੈਥ ਵੀ ਹੋ ਜਾਂਦੀ ਹੈ ਤਾਂ ਬੱਚੇ ਉਹਨੂੰ ਬਹੁਤ ਹੀ ਯਾਦ ਕਰਦੇ ਨੇ ਕਿਉਂਕਿ ਉਹਨਾਂ ਦਾ ਅਸਲ 'ਚ ਬਹੁਤ ਹੀ ਗੂੜਾ ਪਿਆਰ ਹੁੰਦਾ ਹੈ। ਅਤੇ ਜੇ ਆਪਾਂ ਇਸ ਦੀ ਉਲਟ ਦੇਖੀਏ ਜਿਵੇਂ ਜਿਵੇਂ ਯੂਕਰੇਨ ਦੇ ਕਲਚਰ ਬਾਰੇ ਗੱਲ ਕਰਦੇ ਹਾਂ ਕਿ ਇਹਦਾ ਜਿਹੜਾ ਕਲਚਰ ਇੱਦਾਂ ਦਾ ਨਹੀਂ ਹੈ, ਕਿਉਂਕਿ ਜਦੋਂ ਬੱਚੇ ਪੇਰੈਂਟਸ ਬੱਚੇ ਹੋ ਜਾਂਦੇ ਨੇ, ਪੇਰੈਂਟਸ ਠੀਕ ਆ ਟੇਕ ਕੇਅਰ ਕਰਦੇ ਆ ਪਰ ਸਕੂਲ ਵੀ ਪਾਉਂਦੇ ਆ, ਪਰ ਜਦੋਂ ਬੱਚੇ 18 ਸਾਲ ਦੇ ਪਲੱਸ ਹੋ ਜਾਂਦੇ ਨੇ 18 ਸਾਲ ਦੇ ਪਲੱਸ ਹੋ ਜਾਂਦੇ ਨੇ ਉਸ ਤੋਂ ਬਾਅਦ ਬੱਚੇ ਜਿਹੜਾ ਆਪਣਾ ਖਰਚਾ ਚੁੱਕਣਾ ਸ਼ੁਰੂ ਕਰ ਦਿੰਦੇ ਨੇ ਖੁਦ, ਅਤੇ ਜਿਹੜੇ ਪੇਰੈਂਟਸ ਦਾ ਜਿਹੜਾ ਇੰਨਾ ਖਰਚਾ ਨਹੀਂ ਪੇਰੈਂਟਸ ਨਹੀਂ ਕਰਦੇ, ਬੱਚੇ ਖੁਦ ਹੀ ਆਪਣੀ ਕਮਾਈ ਕਰਦੇ, ਨਾਲੇ ਪੜ੍ਹਦੇ ਵੀ ਆ, ਨਾਲੇ ਕੰਮ ਵੀ ਕਰਦੇ ਆ, ਉਹ ਆਪਣਾ ਖੁਦ ਰਹਿਣਾ ਸਹਿਣਾ ਜਿਵੇਂ ਦਾ ਆਪਣੇ ਤਰੀਕੇ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਨੇ, ਤਾਂ ਜਿਹੜੀ ਪੇਰੈਂਟਸ ਦੀ ਟੈਨਸ਼ਨ ਹੁੰਦੀ ਆ ਉਹ ਖਤਮ ਹੋ ਜਾਂਦੀ ਆ। ਫਿਰ ਜਿਵੇਂ ਆਪਣੀ ਖੁਦ ਹੀ ਮੈਰਿਜ ਵਗੈਰਾ ਕਰ ਲੈਂਦੇ ਨੇ, ਮੈਰਿਜ ਵਗੈਰਾ ਕਰਕੇ ਆਪਣਾ ਖੁਦ ਹੀ ਵੱਖਰਾ ਰਹਿਣਾ ਸ਼ੁਰੂ ਕਰ ਦਿੰਦੇ ਨੇ, ਪੇਰੈਂਟਸ ਇਕੱਲੇ ਹੀ ਰਹਿ ਜਾਂਦੇ ਨੇ। ਅਤੇ ਜਿਵੇਂ ਪੇਰੈਂਟਸ ਕੁਝ ਕੁ ਤਾਂ ਜਿਵੇਂ ਬੱਚੇ ਹੁੰਦੇ ਆਪਣੇ ਪੇਰੈਂਟਸ ਕੋਲ ਆਉਂਦੇ ਜਾਂਦੇ ਰਹਿੰਦੇ ਆ, ਠੀਕ ਹੈ, ਅਤੇ ਕੁਝ ਕੁ ਬੱਚੇ ਜਿਵੇਂ ਹੁੰਦੇ ਅਸੀਂ ਦੇਖਿਆ ਆਪਣੇ ਪੇਰੈਂਟਸ ਕੋਲ ਬਿਲਕੁਲ ਨਹੀਂ ਆਉਂਦੇ, ਉਹਨਾਂ ਦੇ ਪੇਰੈਂਟਸ ਜਿਹੜੇ ਹੁੰਦੇ ਆ ਬਹੁਤ ਓਲਡ ਹੋ ਚੁੱਕੇ ਹੁੰਦੇ ਆ, ਉਹ ਖੁਦ ਹੀ ਆਪਣਾ ਕੰਮ ਕਰਦੇ ਆ। ਪਰ ਜਿਵੇਂ ਇੱਥੇ ਸਰਕਾਰ ਆ ਉਹਨਾਂ ਨੂੰ ਪੈਨਸ਼ਨ ਵਗੈਰਾ ਵੀ ਦਿੰਦੀ ਹੈ, ਜਿਵੇਂ ਘਰ ਵੀ ਰਹਿਣ ਲਈ ਦਿੰਦੀ ਆ ਕੁਝ ਕੁ, ਜਿਵੇਂ ਆਪਾਂ ਕਹਿ ਸਕਦੇ ਇੰਡੀਆ ਦੇ ਵਿੱਚ ਕਿ ਆਪਾਂ ਨੂੰ ਸਰਕਾਰ ਵੱਲੋਂ ਸਹੂਲਤਾਂ ਹੁੰਦੀਆਂ, ਉਹ ਸਭ ਸਹੂਲਤਾਂ ਹੁੰਦੀਆਂ, ਪਰ ਪੇਰੈਂਟਸ ਦੇ ਲਈ ਉਹਨਾਂ ਜਿਹੜਾ ਪੈਸਾ ਨਹੀਂ ਹੁੰਦਾ, ਉਹ ਆਪਣੇ ਖਾਣੇ ਲਈ ਥੋੜ੍ਹਾ ਮੋਟਾ ਕੰਮ ਜਿਹੜਾ ਕਰਦੇ ਰਹਿੰਦੇ ਹੁੰਦੇ ਆ, ਓਲਡ ਹੋ ਗਏ, ਪਰ ਜਿਹੜਾ ਇੰਡੀਆ ਦਾ ਇਹ ਸਿਸਟਮ ਨਹੀਂ ਹੈ। ਅਤੇ ਦੂਸਰੀ ਗੱਲ ਇਹ ਹੈ ਕਿ ਜਿਵੇਂ ਬਾਹਰਲੇ ਕਲਚਰ ਦੇ ਵਿੱਚ ਕੁੜੀ ਅਤੇ ਮੁੰਡੇ 'ਚ ਕੋਈ ਫਰਕ ਨਹੀਂ ਕੀਤਾ ਜਾਂਦਾ, ਸਾਰਾ ਸੇਮ ਰੱਖਿਆ ਜਾਂਦਾ ਹੈ, ਕੁੜੀ ਨੂੰ ਪੂਰੀ ਆਜ਼ਾਦੀ ਦਿੱਤੀ ਜਾਂਦੀ ਹੈ ਆਪਣਾ ਜੀਣ ਦਾ ਰਹਿਣ ਦਾ, ਜਿਸ ਤਰ੍ਹਾਂ ਮੁੰਡੇ ਨੂੰ ਰੱਖਿਆ ਜਾਂਦਾ ਉਸ ਤਰ੍ਹਾਂ ਕੁੜੀ ਨੂੰ ਰੱਖਿਆ ਜਾਂਦਾ ਹੈ, ਇਹ ਇੱਕ ਬਹੁਤ ਵਧੀਆ ਜਿਹੜਾ ਹੈਗਾ ਸਿਸਟਮ ਆ। ਕੁੜੀ ਅਤੇ ਮੁੰਡੇ ਵਿੱਚ ਕੋਈ ਵੀ ਫਰਕ ਨਹੀਂ ਹੁੰਦਾ, ਪਰ ਆਪਾਂ ਇਸਦੇ ਉਲਟ ਦੇਖੀਏ ਤਾਂ ਇੰਡੀਆ ਦੇ ਵਿੱਚ ਜਿਹੜਾ ਜ਼ਿਆਦਾਤਰ ਆਪਾਂ ਕੁਝ ਕੁ ਸ਼ਹਿਰਾਂ ਵਿੱਚ ਕੁਝ ਕੁ ਲੋਕਾਂ ਜਿਹੜੇ ਹੁੰਦੇ ਆ ਉਹ ਕੁੜੀ ਅਤੇ ਮੁੰਡੇ 'ਚ ਬਹੁਤ ਹੀ ਫਰਕ ਰੱਖਦੇ ਆ, ਉਹ ਕੁੜੀ ਨੂੰ ਜਿਵੇਂ ਉਹਨਾਂ ਪੇਰੈਂਟਸ ਨੂੰ ਵੀ ਟੈਨਸ਼ਨ ਹੁੰਦੀ ਹੈ ਕਿ ਜਿਹੜਾ ਇੰਡੀਆ ਦਾ ਇਸ ਮਾਮਲੇ 'ਚ ਜਿਹੜਾ ਮਾਹੌਲ ਆ ਉਹ ਜ਼ਿਆਦਾ ਠੀਕ ਨਹੀਂ ਹੈ, ਕਿ ਕੁੜੀ ਨੂੰ ਟੈਨਸ਼ਨ ਬਾਹਰ ਨਹੀਂ ਕੱਢਣ ਦਿੱਤਾ ਜਾਂਦਾ, ਠੀਕ ਹੈ, ਥੋੜ੍ਹੀ ਜਿਹੀ ਉਹਦੇ 'ਤੇ ਪਾਬੰਦੀਆਂ ਹੁੰਦੀਆਂ ਨੇ। ਪਰ ਜਿਵੇਂ ਅਸੀਂ ਬਾਹਰਲਾ ਸਿਸਟਮ ਦੇਖੀਏ, ਬਾਹਰਲਾ ਸਿਸਟਮ ਬਹੁਤ ਵਧੀਆ, ਜਿਵੇਂ ਤੁਸੀਂ ਰਾਤੀ 2 ਵਜੇ ਆਓ 1 ਵਜੇ ਆਓ ਤੁਸੀਂ ਬਾਹਰ ਆ ਸਕਦੇ ਹਾਂ, ਕੋਈ ਵੀ ਬਾਹਰ ਟੈਨਸ਼ਨ ਨਹੀਂ ਹੁੰਦੀ। ਪਰ ਇੰਡੀਆ ਦੇ ਵਿੱਚ ਇਕੱਲੀ ਕੁੜੀ ਬਾਹਰ ਨਹੀਂ ਜਾ ਸਕਦੀ, ਅਤੇ ਕਹਿਣ ਦਾ ਮਤਲਬ ਐਂਡ ਟੂ ਐਂਡ ਇਹੀ ਰਿਜ਼ਲਟ ਨਿਕਲਦਾ ਕਿ ਕੁਝ ਕੁ ਇੰਡੀਆ ਦੀਆਂ ਗੱਲਾਂ ਬਹੁਤ ਵਧੀਆ ਨੇ ਅਤੇ ਕੁਝ ਬਾਹਰਲੀਆਂ ਯੂਕਰੇਨ ਦੀਆਂ ਗੱਲਾਂ ਬਹੁਤ ਵਧੀਆ ਨੇ, ਅਤੇ ਪਰ ਜਿਵੇਂ ਤੁਹਾਡਾ ਜਿਹੜਾ ਕਲਚਰ ਆ ਬਹੁਤ ਹੀ ਵੱਖਰਾ ਵੱਖਰਾ ਹੈ, ਅਤੇ ਆਪਾਂ ਤੁਹਾਨੂੰ ਜ਼ਿਆਦਾਤਰ ਐਕਸਪਲੇਨ ਕਰ ਹੀ ਦਿੱਤਾ ਹੈ। ਅਤੇ ਬਾਕੀ ਜੇ ਥੋੜ੍ਹਾ ਮੋਟਾ ਰਹਿ ਗਿਆ ਤਾਂ ਕੋਈ ਗੱਲ ਨਹੀਂ, ਫਿਰ ਦੱਸ ਦਾਂਗੇ। ਅਤੇ ਅੱਜ ਆਪਾਂ ਤੁਹਾਡੇ ਲਈ ਇਹ ਵੀਡੀਓ ਬਣਾਈ ਸੀ, ਕਲਚਰ ਬਾਰੇ ਦੱਸਿਆ ਸੀ। ਹਾਂ, ਜਿਹੜਾ ਖਾਣਾ ਪੀਣਾ ਇਹਨਾਂ ਦਾ ਜਿਹੜਾ ਆਪਾਂ ਬਹੁਤ ਤਿੱਖਾ ਖਾਂਦੇ ਨੇ, ਇਹ ਬਿਲਕੁਲ ਫਿੱਕਾ ਖਾਂਦੇ ਨੇ, ਆਪਾਂ ਰੋਟੀ ਰਾਈਸ ਖਾਂਦੇ ਨੇ, ਇਹ ਜ਼ਿਆਦਾਤਰ ਬ੍ਰੈਡ ਦੇ ਨਾਲ ਚਿਕਨ ਜਾਂ ਬੀਫ ਜਾਂ ਇੱਦਾਂ ਦੀ ਚੀਜ਼ ਖਾਂਦੇ ਨੇ। ਅਤੇ ਠੀਕ ਹੈ ਜੀ, ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ। ਅੱਜ ਦੇ ਲਈ ਇੰਨੀ ਵੀਡੀਓ ਬਣਾਈ ਆ, ਅਤੇ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਔਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ, ਤਾਂ ਜੋ ਆਪਾਂ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਅਤੇ ਇਨਫੋਰਮੇਸ਼ਨ ਲਿਆਉਂਦੇ ਰਹੀਏ। ਮਿਲਦੇ ਹਾਂ ਜੀ ਆਪਾਂ ਨੈਕਸਟ ਵੀਡੀਓ ਵਿੱਚ, ਅੱਜ ਲਈ ਆਪਾਂ ਇੰਨੀ ਵੀਡੀਓ ਰੱਖਦੇ ਹਾਂ। ਦੇਖ ਲਓ ਜੀ ਐਂਡ ਦਾ ਤੁਸੀਂ ਵਿਊ, ਠੰਡ ਬਹੁਤ ਜ਼ਿਆਦਾ ਹੈ, ਫਿਰ ਵੀ ਆਪਾਂ ਤੁਹਾਡੇ ਲਈ ਵੀਡੀਓ ਬਣਾਈ ਆ, ਅਤੇ ਪਲੀਜ਼ ਇਸ ਲਈ ਵੱਧ ਤੋਂ ਵੱਧ ਸ਼ੇਅਰ ਕਰਨਾ। ਓਕੇ ਜੀ, ਫਿਰ ਸਤਿ ਸ਼੍ਰੀ ਅਕਾਲ, ਟੇਕ ਕੇਅਰ, ਬਾਏ ਬਾਏ ਜੀ।